ਕਿਉਂ ਖਾਣ ਲੱਗਿਆ ਮੈਂ ਤੁਹਾਡੇ ਲਈ। ਸਾਡੇ ਵੱਡੇ ਵੀਰ ਸੱਦੀ ਬਾਈ ਤੇ ਸਿੱਧੀ ਬਾਜੀ, ਸ਼ਿੰਕੂ ਵੀਰ, ਦਿਲਪ੍ਰੀਤ, ਬਾਈ ਸੁੱਖਾ, ਜਿਹਨਾਂ ਦੀ ਬਦੌਲਤ ਤੁਹਾਡੇ ਰੂਬਰ ਹੋਇਆ, ਇਹਨਾਂ ਦੇ ਨਾਂ ਤੇ ਬਾਈ ਗੱਡ ਕੇ ਹੀ ਤਾੜੀ ਲਾ ਦੋ ਇੱਥੇ। ਲਓ ਸੁਣੋ ਹੁਣ ਤੁਹਾਡੇ ਵਾਲੀ ਗੱਲ ਕੀ ਆ। ਹਾਂ ਇੱਕ ਕੁੜੀ ਮੇਰੇ ਤੇ ਮਰਦੀ ਸੀ, ਮੇਰੇ ਨਾਲ ਮੁਹੱਬਤ ਕਰਦੀ ਸੀ, ਉਹ ਇਸ਼ਕ ਦੀ ਪੌੜੀ ਚੜ੍ਹਦੀ ਸੀ, ਪਰ ਲੋਕਾਂ ਕੋਲੋਂ ਡਰਦੀ ਸੀ, ਉਹਨੂੰ ਸਾਲ ਸੋਲਵਾਂ ਚੜਿਆ ਸੀ ਤੇ ਮੇਰੇ ਕੰਡ ਜੋਬਨ ਦੀ ਲੜਦੀ ਸੀ। ਮੈਂ ਪਿੰਡ ਨਾਨਕੇ ਰਹਿੰਦਾ ਸੀ, ਉਹ ਭੂਆ ਕੋਲੇ ਪੜ੍ਹਦੀ ਸੀ, ਬਈ ਉਸ ਕੁੜੀ ਦਾ ਫੁੱਫੜ ਲੱਡੂ ਪਟਵਾਰੀ ਸੀ, ਉਹ ਐਵੇਂ ਸੋਲਾ ਕਰਦਾ ਲੰਬੜਦਾਰੀ ਸੀ, ਹਾਏ ਉਸ ਕੁੜੀ ਦਾ ਫੁੱਫੜ ਲੱਡੂ ਪਟਵਾਰੀ ਸੀ, ਉਹ ਐਵੇਂ ਕਰਦਾ ਸੋਲਾ ਲੰਬੜਦਾਰੀ ਸੀ, ਉਹ ਬੂਹੇ ਡੰਗ ਡੰਗ ਫੀਂਦਾ ਸੀ, ਉਹ ਤਾਂ ਟੱਪ ਪੌੜੀਆਂ ਚੜ੍ਹਦੀ ਸੀ। ਮੈਂ ਪਿੰਡ ਨਾਨਕੇ ਰਹਿੰਦਾ ਸੀ ਤੇ ਉਹ ਭੂਆ ਕੋਲੇ, ਉਹ ਬਾਰੀ ਵਿੱਚ ਦੀ ਲਵ ਲੈਟਰ ਲਮਕਾਉਂਦੀ ਸੀ, ਹਾਂ ਬਲਜੀਤ ਜਮਾਨੇ ਨਾਲ ਖੰਡਾ ਖੜਕਾਉਂਦੀ ਸੀ, ਹਾਂ ਬਾਰੀ ਵਿੱਚ ਦੀ ਲਵ ਲੈਟਰ ਲਮਕਾਉਂਦੀ ਸੀ, ਬਲਜੀਤ ਜਮਾਨੇ ਨਾਲ ਖੰਡਾ ਖੜਕਾਉਂਦੀ ਸੀ, ਉਹ ਵਿੱਚ ਟਰਾਂਟੋ ਰਹਿੰਦੀ ਆ ਮੇਰੇ ਤੇ ਮਰਦੀ ਸੀ, ਮੈਂ ਪਿੰਡ ਨਾਨਕੇ ਰਹਿੰਦਾ ਸੀ ਤੇ ਉਹ ਸਾਲੀ ਭੂਆ ਦੇ ਪਿੰਡ, ਹੋਏ ਕੁੜੀ ਮੇਰੇ ਤੇ ਮਰਦੀ ਸੀ, ਮੇਰੇ ਨਾਲ ਮੁਹੱਬਤ ਕਰਦੀ ਸੀ, ਦੀ ਪੌੜੀ ਚੜ੍ਹਦੀ ਸੀ, ਪਰ ਲੋਕਾਂ ਕੋਲੋਂ ਡਰਦੀ ਸੀ, ਹੁਣ ਸਾਲ ਸੋਲਵਾਂ ਚੜਿਆ ਸੀ, ਮੇਰੇ ਕੰਡ ਜੋਬਨ ਦੀ ਲੜਦੀ ਸੀ, ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲੇ ਪੜ੍ਹਦੀ ਸੀ, ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲੇ ਪੜ੍ਹਦੀ।